ਅੱਛਾ ਜੀ ਯੂਰਪ ਦੇ ਵਿੱਚ ਜਿਹੜੇ ਇਲੀਗਲ ਮਾਈਗ੍ਰੈਂਟਸ ਉਹ ਲਗਾਤਾਰ ਆ ਰਹੇ ਆ ਤੇ ਤੁਸੀਂ ਪਿਛਲੇ ਹਫਤੇ ਇਟਲੀ 'ਚ ਖਬਰ ਵੀ ਦੇਖੀ ਹੋਣੀ ਆ ਜਦੋਂ 10000 ਤੋਂ ਉੱਪਰ ਜਿਹੜੇ ਮਾਈਗ੍ਰੈਂਟਸ ਉਹ ਆਏ ਆ ਸੋ ਜੀ ਹੁਣ ਮੈਕਰੋਨ ਜਿਹੜੇ ਫਰਾਂਸ ਦੇ ਪ੍ਰੈਜ਼ੀਡੈਂਟ ਆ ਉਹ ਇਟਲੀ ਦੇ ਪ੍ਰਾਈਮ ਮਿਨਿਸਟਰ ਮਿਲੋਨੀ ਦੇ ਨਾਲ ਜਿਹੜੇ ਉਹ ਮਿਲੇ ਆ ਇਹ ਵੀ ਮੈਂ ਤੁਹਾਨੂੰ ਦੱਸ ਦਵਾਂ ਕਿ ਬਹੁਤ ਸਾਰੇ ਵਰਲਡ ਲੀਡਰਸ ਜਿਹੜੇ ਉਹ ਆਏ ਹੋਏ ਆ ਇਟਾਲੀਅਨ ਕੈਪੀਟਲ ਦੇ ਵਿੱਚ ਉਹ ਅਟੈਂਡ ਕਰਨ ਆਇਆ ਸਟੇਟ ਫਿਨਰਲ ਆਫ ਫਾਰਮਰ ਪ੍ਰੈਜ਼ੀਡੈਂਟ ਜਾਰਜੀਓ ਨਾਪੋਲੀ ਤਾਨੋ ਜੋ ਕਿ ਜਿਹੜੇ ਫਰਡੇ ਨੂੰ ਪੂਰੇ ਹੋਇਆ 98 ਸਾਲ ਦੀ ਉਮਰ ਦੇ ਵਿੱਚ ਹੁਣ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਹਫਤੇ ਜਿਹੜਾ ਉਹ ਬਹੁਤ ਤਕੜਾ ਰਾਈਜ਼ ਹੋਇਆ ਆ ਬਹੁਤ ਜ਼ਿਆਦਾ ਲੋਕ ਆਇਆ ਇਟਾਲੀਅਨ ਆਈਸਲੈਂਡ ਲੰਪੇ ਦੂਸਰੇ ਦੇ ਵਿੱਚ ਤੇ ਜਿਹਦੇ ਕਰਕੇ ਕਿ ਪੂਰੇ ਯੂਰਪ ਦੇ ਵਿੱਚ ਇੱਕ ਬੈਂਚ ਛਿੜ ਗਈ ਆ ਕਿ ਕੌਣ ਚੱਕੇਗਾ ਐਨੇ ਸਾਰੇ ਜਿਹੜੇ ਐਸਲਮਸ ਕੀ ਸੀਕਰਸ ਦੀ ਰਿਸਪੋਨਸੀਬਿਲਟੀ ਸੋ ਇਹਦੇ ਚ ਜਿਹੜਾ ਫਰਾਂਸ ਚ ਤੁਸੀਂ ਦੇਖ ਰਹੇ ਆ ਕਿ ਫਰਾਂਸ ਦੇ ਵਿੱਚ ਵੀ ਕਿਹਾ ਜਾ ਰਿਹਾ ਆ ਕਿ ਇਹਦੇ ਨਾਲ ਪ੍ਰੋਬਲਮਸ ਆ ਰਹੀਆਂ ਆ ਸਰਕਾਰਾਂ ਜਿਹੜੀਆਂ ਤੁਹਾਨੂੰ ਪਤਾ ਇੱਥੇ ਵੀ ਵਿਰੋਧ ਕਰ ਰਹੀਆਂ ਆ ਲੇਕਿਨ ਮੈਕਰੋਂ ਜਿਹੜਾ ਉਹਨਾਂ ਨੇ ਕਿਹਾ ਆ ਕਿ ਅਸੀਂ ਇਟਾਲੀਅਨਸ ਨੂੰ ਇਕੱਲਾ ਨਹੀਂ ਛੱਡ ਸਕਦੇ ਤੇ ਉਹਨਾਂ ਨੇ ਇੱਕ ਇੰਟਰਵਿਊ ਵੀ ਦਿੱਤੀ ਆ ਤੁਸੀਂ ਜਾ ਕੇ ਦੇਖਿਓ ਜਿੱਦੇ ਚ ਉਹਨਾਂ ਨੇ ਕਿਹਾ ਆ ਕਿ ਇੱਕ ਹੈਲਪ ਜਿਹੜੀ ਉਹ ਮੈਲੋਨੀ ਨੂੰ ਕੀਤੀ ਜਾਏਗੀ ਤਾਂ ਕਿ ਜਿਹੜਾ ਮਤਲਬ ਕਿ ਇਹ ਕ੍ਰਾਈਸਿਸ ਤੋਂ ਨਿਕਲਿਆ ਜਾਵੇ ਦੋਨੋਂ ਲੀਡਰ ਪੈਰਿਸ ਦੇ ਵਿੱਚ ਵੀ ਜ਼ੋਨ ਚ ਮਿਲੇ ਸਿਗੇ ਤੇ ਤੁਸੀਂ ਇਹ ਵੀ ਦੇਖਿਆ ਹੋਣਾ ਕਿ ਮੈਲੋਨੀ ਜਿਹੜੀ ਉਹਨੇ ਉਹਨਾਂ ਦਾ ਜਿਹੜਾ ਉਹ ਕਲੈਸ਼ ਹੋਇਆ ਸੀਗਾ ওভার ਮਾਈਗ੍ਰੇਸ਼ਨ ਜਿਹੜਾ ਇਹ ਸਾਰਾ ਜਰਮਨੀ ਦੇ ਨਾਲ ਜਿਹਦੇ ਜਿੱਥੇ ਕਿ ਜਿਹੜੇ ਹੁਣ ਉੱਥੋਂ ਦੀ ਵੀ ਜਰਮਨ ਦੇ ਨਾਲ ਵੀ ਉਹ ਕਰ ਰਹਾ ਆ ਕੋਸ਼ਿਸ਼ ਕਿ ਇਹ ਸੌਲਵ ਕੀਤਾ ਜਾਵੇ ਤੇ ਰੋਮ ਜਿਹੜਾ ਆ ਉਹ ਐਨ ਜੀਓ ਬੋਟਸ ਨੂੰ ਜਿਹੜਾ ਬਲੇਮ ਕਰ ਰਿਆ ਸੀ ਜੋ ਕਿ ਰੈਸਕਿਊ ਮਿਸ਼ਨ ਜਿਹੜਾ ਸੈਂਟਰਲ ਮੈਡੀਟੇਰੀਅਨ ਚ ਜਿਹੜਾ ਚਲਾਉਂਦੇ ਆ ਜਿੱਥੇ ਕਿ ਜਿਹਨੂੰ ਕਿ ਦੁਨੀਆ ਦਾ ਟੈਡਲੀਸਟ ਸੀ ਵੀ ਕਿਹਾ ਜਾਂਦਾ ਆ ਜਿੱਥੋਂ ਕਿ ਮਾਈਗ੍ਰੈਂਟਸ ਜਿਹੜੇ ਉਹ ਕ੍ਰੋਸ ਕਰਦੇ ਆ ਲੇਕਿਨ ਡਾਟਾ ਜਿਹੜਾ ਉਹ ਦੱਸ ਰਿਹਾ ਆ ਕਿ ਜਿਹੜੇ ਡਿਪਾਰਚਰ ਆ ਉਹ ਬੇਸ ਹੁੰਦੇ ਆ ਵੈਦਰ ਦੇ ਉੱਤੇ ਨਾ ਕਿ ਪ੍ਰੈਜ਼ੈਂਸ ਆਫ ਐਨ ਜੀਓ ਬੋਰਡਸ ਦੇ ਕਰਕੇ ਸੋ ਜੀ ਦੇਖੋ ਆਉਣ ਵਾਲੇ ਸਮੇਂ 'ਚ ਕੀ ਕਰਦੇ ਆ ਤੁਹਾਨੂੰ ਪਤਾ ਹੀ ਆ ਪੂਰਾ ਯੂਰਪ ਹੀ ਜਿਹੜਾ ਇਹ ਜੂਝ ਰਿਹਾ ਇਸ ਪ੍ਰੋਬਲਮ ਦੇ ਨਾਲ ਪ੍ਰੋਬਲਮ ਲੋਕ ਜਿਹੜਾ ਉਹ ਆਪਣੇ ਚੰਗੇ ਭਵਿੱਖ ਦੇ ਲਈ ਆਉਂਦੇ ਆ ਵੀਰੋ ਪ੍ਰੋਬਲਮ ਵੀ ਇਹਨੂੰ ਕੀ ਕਹਿ ਸਕਦੇ ਆ ਹਰੇਕ ਵਾਦੇ ਨੇ ਰੋਟੀ ਦਾ ਖਾਣੀ ਆ ਸੋ ਕੋਸ਼ਿਸ਼ ਕਰਦੇ ਆ ਉਹ ਯੂਰਪ ਤੇ ਵਿੱਚ ਆ ਕੇ ਇੱਕ ਚੰਗਾ ਭਵਿੱਖ ਜਿਹੜਾ ਉਹ ਲੱਭਣ ਦੀ ਤੇ ਲੇਕਿਨ ਇਹ ਛੋਟੇ ਛੋਟੇ ਦੇਸ਼ ਆ ਤੇ ਹਾਈਲੀ ਪੋਪੂਲੇਸ਼ਨ ਦੇ ਨਾਲ ਇਹਨਾਂ ਨੂੰ ਵੀ ਪ੍ਰੋਬਲਮ ਆ ਸਕਦੀ ਆ ਸੋ ਬਾਕੀ ਤੁਸੀਂ ਵੀ ਆਪਣੇ ਵਿਚਾਰ ਦਈਓ ਤੇ ਚੈੱਕ ਕਰਿਓ ਜਾ ਕੇ ਖਬਰਾਂ